देखो जी मंजा बना रहे हैं। क्योंकि ये बंदे पता नहीं यार केड़ी जगह तो आए ने, जेड़ा बैल्डर वाला है चिट्टी आने का करोना वाली आने का लागी करता है, पता नहीं गल की है। ओया कट ला भाई, दसना पैंदा की करिए। नवा बंदा गा वो बंदा नहाउण चलिया, सिखाई ब्लू थोड़ी चीज आ गई कल तक आजू। इधर ताजा साडा मीट बना रहे हैं, गंडे नूं भुन रहे हैं। इधर साडा खब्बू उस्ताद खड़ा तो तुम देख सकते हो मलेशिया जी, मलेशिया जी, मलेशिया च भिंडी लगी हुई है, पर भिंडी एक ही लगी है, बाकी पता नहीं किधर गई है। पत्ता गोभी, हाँ पत्ता गोभी लगी हुई है इतने, ये मलेशिया जी, मलेशिया जी पत्ता गोभी और आ गया। ये मूलियां ने जी, मूलियां थोड़े शायद छोटा गा, हाँ इना पुदीना कितने पुदीना, हाँ मिर्चा लगिया हुई ने, आ पुदीना लाया हुआ। तू कौन है? बंदे ने हमी टैटू छुपा के लिया गया कल गया उधर, मेरे भरा ने दिखा दे फल ले आ गया। अब देखो जी गुलाब का फुल, किधर जाने ना, हुन जाने तुसी? ओके कितना टाइम लगू? 4 भाई लग रहे हैं। भाई यार आए ने जोर वाले तो आए ने कल परसों तुरे होने, अज ही पहुंचे। फोर मैन बैठे हूं रिलैक्स कर रहे शरीर। तू ना क्या बंदा इतने काम करता है, झाड़ू पोछे का काम है ना। फोर मैन साहब मीट दसो क्या बने बारे पास आ गया फोरमैन जी ने, अंदर तो नेरा बढ़ता करके मंजा एक चक लेता। फोरमैन साहब उसे नेरा बढ़ तू मुंह ही करता, मैं लगता एक पैकेट ना लगा हुआ जेडे साहब मैं लक्षण, मैं लगता मंजे से गाने पाऊ। ਸਾਡਾ ਕੁੱਤਾ ਹੋ ਰਿਹਾ ਓਏ, ਸਾਡਾ ਅਗਲਾ ਟੈਕਟ ਜਿਹੜਾ ਹੁਣ ਕਾਮਯਾਬ ਕਰਨਾ ਇਹਨਾਂ ਕੰਮ ਉੱਤੇ ਨੇਰਾ ਦੀ ਗੱਲਾਂ ਕਰਕੇ ਮੰਗਾ ਇੱਧਰ ਚੱਕ ਲਿਆਉਂਦਾ ਕਰਨ 'ਚ ਕਰਨਾ, ਇੱਕ ਬਾਈ ਰਹਿ ਗਈ ਬਸ। ਆਹ ਦਿਖਾਉਣਾ ਜਿਹੜਾ ਤੂੰ ਕੰਮ ਕਰਦਾ, ਦੇਖ ਲਓ ਸਾਡੇ ਫੋਰਮੈਨ ਨੇ ਕਿਹੋ ਜਿਹਾ ਲੱਛਣ ਕੀਤਾ ਜਾ ਰਿਹਾ। ਮੰਜਾ ਦੇਖੋ ਜੀ, ਆਮਦ ਨਹੀਂ ਆ ਰਹੀ ਸਾਲਾ, ਮੰਜਾ ਕੀ ਹੋਏ, ਇਹ ਤਾਂ ਸ਼ੈਨ ਬੋਰਡ ਵਰਗਾ ਲੱਗਦਾ। ਉਹ ਯਾਰ ਤੈਨੂੰ ਅਕਲ ਕਿਉਂ ਨਹੀਂ ਹੈਗੀ ਯਾਰ, ਕਿੱਥੇ ਤੁਸੀਂ ਸੁਰ ਤਾਂ ਹੀ ਤੈਨੂੰ ਪੈ ਕੇ ਵਾਧੇ ਲਿਆਉਂਦੇ, ਇਹ ਕੀ ਕਰਤਾ ਭੈਣ ਦੇ ਤਾਂ ਗੁੱਲਾ ਜਿਹਾ ਖਰਾਬ ਹੋ ਗਿਆ ਇਹਨਾਂ ਦਾ, ਲੱਗੇ ਪਿਆ ਮਿਸਤਰੀ ਫੋਰਮੈਨ ਪਤਾ ਨਹੀਂ ਕੀ ਕਹਿੰਦਾ ਕੀ ਨਾ, ਪਲਾਸਮੈਂਟ ਦਿੱਕਤ ਨਹੀਂ ਕਿ ਇਹਨੂੰ ਫੜ ਕੇ ਖਿੱਚੀ ਨਾ। ਕੰਮ ਕਰਦਾ ਰੱਬ ਹੀ ਜਾਣਦਾ, ਇੱਧਰ ਕੱਬੂ ਵੀ ਮੰਜਾ ਫੜਾ ਖੜੀ ਆ, ਇਹ ਕਹਿੰਦਾ ਮੈਂ ਬਾਹੋ ਬਲੀ ਆ। ਇੱਧਰ ਦੇਖੋ ਉੱਧਰ ਪੈਕਟ ਖੁੱਲ ਰਿਹਾ, ਚੈਸ ਚੱਲੂ ਅੱਜ ਨਾਈਟ ਚੈਸ। ਹੋ ਜੂ ਜੀ ਇੱਕ ਹੀ ਰਹਿ ਗਈ ਬਾਹੀ ਆਪਣੀ, ਪਤਾ ਨਹੀਂ ਕੀ ਚੱਕ ਪਾਤਾ ਇਹਨਾਂ ਨੇ, ਰੱਬ ਹੀ ਜਾਣਦਾ।
ਮੁੰਡੇ ਵੀ ਆਖ ਰਿਹਾ ਕਹਿੰਦਾ ਭੈਣ ਚਦਾ ਖੜ ਕੇ ਮੈਂ ਤਾਂ ਥੱਲੇ ਹੀ ਧਰ ਦਿੰਦਾ ਨੇ ਬੈਠਿਆ ਦੇਖੋ ਕੰਨੀ ਜ਼ੋਰ ਵਾਰ ਬੋਲ ਰਿਹਾ ਆ ਗਿਆ ਬੰਦਾ ਇੱਕ ਨਾ ਕਾਲੀ ਐਕਟਰ ਨਾਲ ਗੱਲ ਕਰ ਲਵਾਂ ਇੱਧਰ ਤੁਸੀਂ ਦੇਖ ਸਕਦੇ ਹੋ ਉੱਧਰ ਚੱਲ ਰਿਹਾ ਜਿਹੜੇ ਜ਼ੋਰਵਾਰ ਤੋਂ ਬੰਦੇ ਆਏ ਨੇ ਉਹ ਕੰਮ ਕਰ ਰਹੇ ਨੇ ਇੱਧਰ ਖਾਣ ਪੀਣ ਦਾ ਇੰਤਜ਼ਾਮ ਚੱਲ ਰਿਹਾ ਮੀਟ ਚਿਪਸ ਮਲੇਸ਼ੀਆ ਦੀਆਂ ਸਾਰਾ ਕੁਝ ਆਂਡੇ ਆਂਡੇ ਕੋਲ ਕੀਤੇ ਹੋਏ ਰੱਬ ਯਾਰ ਦਾ ਕਹੇ ਜਾਂਦੇ ਆ ਵੀ ਇਹਦਾ ਭਾਈ ਦੇਖ ਲਓ ਸਮਾਨ ਵੀ ਸਾਰੇ ਕੋਈ ਚੱਕਰ ਨਹੀਂ ਸਭ ਨਹੀਂ ਆ ਦਹੀਂ ਚ ਰਹਿੰਦਾ ਸਭ ਕੁਝ ਬਾਹਰ ਦੇਖੋ ਜੀ ਆਹ ਫੋਰਮੈਨ ਹੁਣ ਕਹਿੰਦੇ ਮੈਂ ਥੱਕ ਗਿਆ ਕੋਈ ਤੜਕਿਆ ਲੱਗਿਆ ਹੋਇਆ ਮੰਜਾ ਬਣਾਉਣ ਇਹ ਟਾਈਮ ਬੜਾ ਲੱਗਦਾ ਹੁਣ ਨਵਾਂ ਆਇਆ ਵੀਰ ਇਹ ਕਹਿੰਦਾ ਮੈਂ ਕੱਢੂ ਕਾਣ ਕਹਿੰਦਾ ਕਾਣ ਗੱਲ ਕੀ ਕਰਤੀ ਕਹਿੰਦਾ ਰੈਸਟੋਰੈਂਟ ਦੇ ਰਿਹਾ ਵੀ ਆਹ ਇੰਨਾ ਚੌੜਾ ਹੁੰਦਾ ਇੰਨਾ ਚੌੜਾ ਹੁੰਦਾ ਇਹ ਚੁੱਲ੍ਹਾ ਬਣਾ ਸਕਦਾ ਭਾਈ ਸੱਤ ਨੂੰ ਇੱਕ ਗੱਲ ਹੋਰ ਦੱਸਾਂ ਇਹ ਚੁੱਲ੍ਹਾ ਬਣਾ ਦਿੰਦਾ ਇਹਨੇ ਚੰਨੀ ਵਾਂਗੂ ਸਾਰੇ ਕੰਮ ਹੈ ਜੁੜਦਾ ਕਿਹੜਾ ਭਾਈ ਇੱਕ ਵਾਰੀ ਲਾ ਲਿਆ ਫਿਰ ਸਾਰੇ ਖਤਮ ਕਰ ਦਿੰਦਾ ਤੂੰ ਲਾ ਯਾਰ ਫੋਰਮੈਨ ਤੂੰ ਹੈ ਬਹੁਤ ਤੂੰ ਲਾ ਸਾਰਾ ਪੈ ਜਾ ਹੈ ਹਾਂ ਜ਼ੋਰ ਵਰਤੋ ਹੈ ਨਾ ਇਸ ਕਰਕੇ ਜਿੱਦਾਂ ਕਿ ਤੂੰ ਲਾ ਇੱਧਰ ਦੇਖ ਲਾ ਬਈ ਬੰਦਾ ਲੱਗ ਰਿਹਾ ਇਹ ਬੰਦਾ ਆਇਆ ਸਿੰਘਾਪੁਰ ਤੋਂ ਕਿਉਂਕਿ ਆਹ ਬੰਦੇ ਤੋਂ ਯਾਰ ਮੰਜਾ ਸੈੱਟ ਜਿਹਾ ਰਿਹਾ ਕਾਣ ਜਿਹਾ ਪੈ ਗਿਆ ਥੋੜ੍ਹਾ ਜਿਹਾ ਤਾਂ ਕਰਕੇ ਬੰਦਾ ਟੈਕਾ 'ਤੇ ਰੱਖ ਲਿਆ ਬਸ ਟੈਕ ਬੁੱਕ ਲਾ ਗੈਸ ਖਾ ਨਾਲ ਮੀਟ ਬੋਰਡ ਖਾ ਤੂੰ ਕੌਣ ਆ ਦੇਖੋ ਜੀ ਹੁਣ ਇੱਧਰ ਬੈਲਡਿੰਗ ਹੋ ਰਿਹਾ ਇੱਧਰ ਬਾਈਕ ਰੈਂਟ ਲਾ ਰਿਹਾ ਮੰਜੇ ਤਿਆਰ ਹੋ ਰਹੇ ਨੇ ਮਲੇਸ਼ੀਆ ਚ ਜੇ ਕਿਸੇ ਨੂੰ ਵੀਰ ਭਾਈ ਨੂੰ ਚਾਹੀਦਾ ਕੋਈ ਮਲੇਸ਼ੀਆ ਚ ਰਹਿੰਦਾ ਤਾਂ ਉਹ ਮੰਜਾ ਕਦੋਂ ਵੀ ਕਰ ਸਕਦਾ ਫਿਰ ਤੁਹਾਨੂੰ ਦੱਸ ਰਹੇ ਹਾਂ ਉਹ ਦੱਸਾਂਗੇ ਪਰ ਜਦੋਂ ਤੁਸੀਂ ਕਹੋਗੇ ਕਿ ਹਾਂ ਕੀ ਰੇਟ ਪੈਂਦਾ ਕੀ ਨਾ ਪੈਂਦਾ ਤੁਹਾਨੂੰ ਰੇਟ ਲਾ ਦਾਂਗੇ
ਆ ਘੈਂਟ ਆਪਾਂ ਕਹਿ ਦਿੰਦੇ ਆ ਘੈਂਟ ਘੈਂਟ ਹੁੰਦੇ ਆ ਪਹਿਲਾਂ ਮੰਜਾ ਤਿਆਰ ਕੀਤਾ ਗਾ ਪਰ ਕੈਟਮੈਂਟਿੰਗ ਇਹ ਕਰ ਸਕਦੇ ਆ ਕਿ ਉਹ ਬੰਦਾ ਸਿਰਫ ਤਿਆਰ ਕਰ ਸਕਦਾ ਕੈਟਮੈਂਟਿੰਗ ਵਾਲੇ ਬੰਦੇ ਇਹ ਨੇ ਪੂਰੀ ਗੱਲ ਰਹੀ ਆ ਮੰਜੇ ਦੀ ਕੱਲ੍ਹ ਇਹਨਾਂ ਨੇ ਰੰਗ ਕਰਨਾ ਪੂਰਾ ਭਰਨਾ ਮੰਜਾ ਪਰ ਰੇਟ ਤੁਹਾਨੂੰ ਉਹ ਦੱਸਾਂਗੇ ਜਦੋਂ ਤੁਸੀਂ ਕਹੋਗੇ ਵੀ ਸਾਨੂੰ ਚਾਹੀਦਾ ਮਲੇਸ਼ੀਆ 'ਚ ਆਉਣ ਲਈ ਮਲੇਸ਼ੀਆ